पुलिस जवान को पेड़ से बांध कर बुरी तरह पीटा, पिटाई का पूरा वीडियो हुआ सोशल मीडिया पर वायरल। फरीदकोट के गांव मचाकी मल सिंहवाला की है घटना। फरीदकोट के कोटकपूरा में थाना सदर में तैनात था यह जवान। पुलिस ने जवान को मौके से जाकर छुड़ाया। पिटाई करने वाली युवती ने लगाए जवान पर शराब पीकर घर में घुसकर जबरदस्ती करने के आरोप। सर मैं अंडे साफ करी आंदी सी घर बैठी, मैनू कोई पता नहीं सी ये मुलाजिम शराब ना रज्जा होया सी। ਹੁਣ ਸਾਰਿਆਂ ਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ, ਜੇ ਮੈਂ ਰੋਕਣ ਲੱਗੀ ਤਾਂ ਇਹਨੇ ਮੇਰੇ ਚੱਕ ਕੇ ਇੱਟ ਮਾਰੀ। ਜਦੋਂ ਮੇਰੇ ਇੱਟ ਮਾਰੀ ਤਾਂ ਮੇਰੇ ਬੱਚਿਆਂ ਨੇ ਚੀਕ ਝਗਾੜਾ ਪਾਇਆ ਅਤੇ ਮੈਂ ਘਰੋਂ ਬਾਹਰ ਭੱਜ ਕੇ ਚਲੀ ਗਈ ਅਤੇ ਲੋਕ ਇਕੱਠੇ ਹੋ ਗਏ। ਸਰ ਮੈਨੂੰ ਨਹੀਂ ਪਤਾ ਕੀ ਹੋਇਆ ਕੀ ਨਹੀਂ, ਮੈਂ ਤਾਂ ਉਦੋਂ ਬਾਅਦ ਘਰੇ ਆਈ ਜਦੋਂ ਲੋਕਾਂ ਨੇ ਇਹਨਾਂ ਨੂੰ ਬੰਨ ਲਿਆ ਸੀਗਾ ਜੀ। ਸਰ ਮੈਨੂੰ ਕੋਈ ਪਤਾ ਨਹੀਂ ਕੀ ਰੌਲਾ ਸੀ ਕੀ ਨਹੀਂ, ਬਸ ਸਿਰਫ ਮੈਨੂੰ ਤਾਂ ਇੰਨਾ ਪਤਾ ਮੇਰੇ 'ਤੇ ਅਟੈਕ ਕੀਤਾ ਹੋਇਆ ਨੇ। ਇੱਕ ਹੀ ਸੀ ਜੀ, ਇਕਬਾਲ ਸਿੰਘ। ਤੁਹਾਡੇ ਮਾਰਪੀਟ ਵੀ ਤੁਹਾਡੇ ਨਾਲ ਉਹਨੇ? ਹਾਂਜੀ ਮੈਨੂੰ ਮਾਰਪੀਟ ਕੀਤੀ ਸੀ ਜੀ ਉਹਨੇ। ਮੈਂ ਜਵਾਬ ਦਾ ਆਪਣੇ ਆਪ 'ਚ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਇਹਨੇ। ਇੱਕ ਔਰਤ ਅਤੇ ਇੱਕ ਮਰਦ ਦਾ ਬਹੁਤ ਵੱਡਾ ਮੁਕਾਬਲਾ ਹੁੰਦਾ ਜੀ। ਇਕਬਾਲ ਸਿੰਘ ਜੀ ਮੈਂ ਪੈਸੇ ਲੈਣ ਗਿਆ ਸੀ ਜੀ, 5000 ਰੁਪਈਆ ਰਹਿੰਦਾ ਸੀ ਮੇਰਾ ਮਸ਼ੀਨ ਦਾ ਜੀ। ਮਸ਼ੀਨ ਦਵਾਈ ਸੀਗੀ, ਮੈਂ ਰਾਹ 'ਤੇ ਖੜ੍ਹਾ ਸੀ ਜੀ, ਮੈਨੂੰ ਖਿੱਚ ਕੇ ਅੰਦਰ ਲੈ ਕੇ ਜੀ। ਅੱਛਾ, ਉੱਥੇ ਫਿਰ ਕੀ ਹੋਇਆ? ਮੈਨੂੰ ਉਹਨਾਂ ਨੇ ਮੇਰੇ ਅੱਟ ਮਾਰੀ ਮੱਥੇ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਜੀ ਕੀ ਹੋਇਆ ਕੀ ਨਹੀਂ ਹੋਇਆ। ਤੁਹਾਨੂੰ ਬੰਨ ਕੇ ਕੁੱਟਿਆ ਉਹਨਾਂ ਨੇ? ਹਾਂਜੀ। ਕਿਉਂ ਕੁੱਟਿਆ ਜੀ? ਮੈਂ ਪੈਸੇ ਲੈਣ ਜਾਵੜਿਆ ਤਾਂ ਮੈਂ ਤੁਹਾਡੇ ਤੋਂ ਪੈਸੇ ਘਰ ਲਏ ਸੀ ਉਹਨਾਂ ਨੇ? ਨਹੀਂ ਪੈਸੇ ਮੈਂ ਜੀ ਮਸ਼ੀਨ ਦਵਾਈ ਚਲਾਉ। ਅੱਛਾ, ਮਸ਼ੀਨ ਦੇ ਪੈਸੇ ਲੈਣ ਗਏ ਤੁਸੀਂ? ਹਾਂਜੀ ਹਾਂਜੀ। ਠੀਕ ਹੈ, ਉਹਨਾਂ ਕਹਿਣਾ ਕਿ ਜ਼ਬਰਦਸਤੀ ਤੁਸੀਂ ਕੁਛ ਕਰ ਰਹੇ ਸੀ? ਨਾ, ਜ਼ਬਰਦਸਤ ਕੁਛ ਨਹੀਂ, ਮੈਂ ਜੀ ਮਸ਼ੀਨ ਦੇ ਇਕੱਲੇ ਪੈਸੇ ਲੈਣ ਗਿਆ ਸੀ। ਮਸ਼ੀਨ ਦੇ ਮੈਨੂੰ ਉਹਨਾਂ ਨੇ ਕੁਛ ਨਹੀਂ ਪੁੱਛਿਆ, ਦੱਸਿਆ ਨਹੀਂ ਕਿ ਮੈਨੂੰ ਮੇਰੇ ਕਿਸੇ 'ਤੇ ਗੱਲ ਪੈ ਗਈ ਜੀ ਬਸ। ਠੀਕ, ਤੁਹਾਡਾ ਕੀ ਨਾਮ? ਇਕਬਾਲ ਸਿੰਘ, ਸਦਰ ਕੋਟਪੁਰੇ। ਅੱਜ ਸ਼ਾਮ 6 ਵਜੇ ਸਾਨੂੰ ਕੰਟਰੋਲ ਰੂਮ ਫਰੀਦਕੋਟ ਤੋਂ ਫੋਨ ਆਇਆ ਸੀ ਕਿ ਇੱਕ ਮੁਲਾਜ਼ਮ ਨੂੰ ਪਿੰਡ ਮਚਾਕੀ ਮਲ ਸਿੰਘ ਵਾਲਾ ਬੰਨ ਕੇ ਉਹਨੂੰ ਸੱਟਾਂ ਲਾ ਰਹੇ ਆ। ਮੌਕੇ 'ਤੇ ਜਾ ਕੇ ਮੈਂ ਉਹਨੂੰ ਉਹਨਾਂ ਤੋਂ ਛੁਡਾ ਕੇ ਦਰੁਸਤ ਹਾਲਤ ਵਿੱਚ GGS ਮੈਡੀਕਲ ਕਾਲਜ ਦਾਖਲ ਕਰਾਇਆ। ਹੁਣ ਜਿਹੜੇ ਇਲਾਜ ਇਸ ਬਾਰੇ ਤਾਂ ਉਹ ਜਦੋਂ ਆਪਦਾ ਬਿਆਨ ਤਹਿਰੀਰ ਕਰਾਏਗਾ ਤਾਂ ਹੀ ਪਤਾ ਚੱਲੇਗਾ। ਪਾਰਸੋਨ ਆਫ ਇਨਵੈਸਟੀਗੇਸ਼ਨ ਹੈ, ਬਾਅਦ 'ਚ ਪਤਾ ਚੱਲੇਗਾ ਵੀ ਕਿਸ ਤਰ੍ਹਾਂ ਅਤੇ ਕਿਉਂ ਉਹਨੂੰ ਇਸ ਤਰ੍ਹਾਂ ਬੰਨੇਗਾ। ਦੇਸ਼ ਵਿਦੇਸ਼ ਟੀਵੀ ਕੇ ਲਈ ਫਰੀਦਕੋਟ ਸੇ ਗਗਨਦੀਪ ਸਿੰਘ ਕੀ ਵਿਸ਼ੇਸ਼ ਰਿਪੋਰਟ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਯੂਟਿਊਬ ਚੈਨਲ ਦੇਸ਼ ਵਿਦੇਸ਼ ਟੀਵੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕੀਤਾ ਜਾਵੇ। ਸੋਹਣੇ ਪੁੱਤਾਂ ਦਾ ਮਾਂ ਨੂੰ ਫਕਰ ਹੁੰਦਾ, ਮਾਂ ਪੁੱਤਾਂ ਨੂੰ ਵੇਖ ਕੇ ਫੁੱਲ ਜਾਂਦੀ। ਧੀਆਂ ਹੋਣ ਕਮਾਂਦਰੂ ਜਿਸ ਘਰ ਵਿੱਚ ਉਸ ਮਾਂ ਦੀ ਲਾਟਰੀ ਖੁੱਲ ਜਾਂਦੀ। ਪਤਾ ਲੱਗਦਾ ਵਤਨ ਤੇ ਯੋਧਿਆਂ ਦਾ ਜਦੋਂ ਹਨੇਰੀ ਕੋਈ ਵਤਨ ਤੇ ਝੁੱਲ ਜਾਂਦੀ। ਉਸ ਕੌਮ ਦਾ ਬੇੜਾ ਗਰਕ ਸਮਝੋ ਜਿਹੜੀ ਕੌਮ ਨਸ਼ਿਆਂ ਵਿੱਚ ਰੁੜ ਜਾਂਦੀ। ਬਿਲਕੁਲ ਜੀ, ਅੱਜ ਕੱਲ੍ਹ ਸਾਡਾ ਪੰਜਾਬ ਨਸ਼ੇ ਦੀ ਦਲਦਲ ਦੇ ਵਿੱਚ ਫਿਰ ਦੁਬਾਰਾ ਤੋਂ ਫਸ ਗਿਆ। ਉਹ ਸਾਡੇ ਨੌਜਵਾਨ ਲੜਕੇ ਤਾਂ ਛੱਡੋ ਜੀ, ਵਿੱਚੇ ਲੜਕੀਆਂ ਵੀ ਅੱਜ ਕੱਲ੍ਹ ਚਿੱਟਾ ਸਮੈਕ ਇਹੋ ਜਿਹੇ ਗੰਦੇ ਗੰਦੇ ਨਸ਼ੇ ਕਰਕੇ ਅੱਜ ਕੱਲ੍ਹ ਕਿੰਨੀਆਂ ਜਾਨਾਂ ਜਾ ਰਹੀਆਂ ਨੇ। ਮੈਂ ਤੁਹਾਡੇ ਸ਼ਹਿਰ ਦੇ ਵਿੱਚ ਆ ਰਿਹਾ ਜੀ, ਇੱਕ ਬਹੁਤ ਹੀ ਨਵੇਂ ਤਰੀਕੇ ਦੇ ਨਾਲ ਔਰ ਇੱਕ ਬਹੁਤ ਹੀ ਨਵੇਂ ਅੰਦਾਜ਼ ਦੇ ਨਾਲ ਸੰਗੀਤ ਦੇ ਜ਼ਰੀਏ ਸਾਰਿਆਂ ਨੂੰ ਸਮਝਾਵਾਂਗੇ ਕਿ ਇਹ ਨਸ਼ੇ ਦਾ ਕੋੜ ਸਾਨੂੰ ਕਿਹੜੇ ਪਾਸੇ ਲੈ ਕੇ ਜਾ ਰਿਹਾ। ਸੋ ਜੀ ਤੁਸੀਂ ਮੈਨੂੰ ਫੋਨ ਕਰੋ ਔਰ ਮੈਂ ਤੁਹਾਡੇ ਸ਼ਹਿਰ ਦੇ ਵਿੱਚ ਆਵਾਂਗਾ। ਤੁਹਾਡਾ ਅਸੀਂ ਕੋਈ ਖਰਚਾ ਨਹੀਂ ਕਰਾਉਣਾ ਹੈਗਾ, ਹੋਰ ਤਾਂ ਹੋਰ ਜੀ ਹੋਟਲਾਂ ਵਿੱਚ ਰਹਿਣ ਦਾ ਖਰਚਾ, ਰੋਟੀ ਪਾਣੀ ਦਾ ਖਰਚਾ ਵੀ ਉਹ ਸਾਰਾ ਮੇਰਾ ਆਪਣਾ ਹੋਏਗਾ। ਔਰ ਮੇਰਾ ਮੋਬਾਈਲ ਨੰਬਰ ਹੈਗਾ ਜੀ 98-885-77-438। ਜੇ ਤੁਸੀਂ ਆਪਣੇ ਰੰਗਲੇ ਪੰਜਾਬ ਨੂੰ ਇਸ ਨਸ਼ੇ ਦੀ ਦਲਦਲ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਤਰੀਕੇ ਦੀ ਮੁਹਿੰਮ ਛੇੜੋ ਔਰ ਸੰਗੀਤ ਦੇ ਜ਼ਰੀਏ ਮੈਂ ਤੁਹਾਡੇ ਸ਼ਹਿਰ ਦੇ ਵਿੱਚ ਆਵਾਂਗਾ। ਤੁਸੀਂ ਇੱਕ ਵਾਰੀ ਮੈਨੂੰ ਫੋਨ ਕਰੋ। ਕਹਿੰਦੇ ਇੱਕ ਅੰਮ੍ਰਿਤ ਦੀ ਬੂੰਦ ਹੀ ਕਾਫੀ ਅੱਗ ਬੁਝਾਵਣ ਲਈ, ਇੱਕ ਅੰਮ੍ਰਿਤ ਦੀ ਬੂੰਦ ਹੀ ਕਾਫੀ ਅੱਗ ਬੁਝਾਵਣ ਲਈ, ਇੱਕੋ ਸਿਰ ਹੀ ਕਾਫੀ ਹੁੰਦਾ ਕੌਮ ਜਗਾਵਣ ਲਈ। ਬਸ ਜ਼ਿਆਦਾ ਭੀੜ ਨਹੀਂ ਚਾਹੀਦੀ ਜੀ, 20-25 ਮੁੰਡੇ ਮੇਰੇ ਨਾਲ ਜੁੜ ਜਿਓ ਔਰ ਦੇਖਿਓ ਤੁਹਾਡੇ ਸ਼ਹਿਰ ਦੇ ਵਿੱਚ ਆ ਕੇ ਐਸੀ ਲਹਿਰ ਜਗਾਵਾਂਗੇ ਕਿ ਹਰ ਇੱਕ ਬੰਦਾ ਨਸ਼ੇ ਤੋਂ ਤੌਬਾ ਕਰ ਜਾਏਗਾ। ਰੰਗਲੇ ਪੰਜਾਬੀ ਨਸ਼ਿਆਂ ਨੇ ਮਾਰਤੇ।